ਗਾਉਣ ਵਾਲਿਆਂ ਦੀ ਦੁਨੀਆ ਦੇ ਵਿੱਚ ਕੁਝ ਕੁ ਉਂਗਲੀਆਂ 'ਤੇ ਗਿਣੇ ਜਾਣ ਵਾਲੇ ਹੀ ਇਹੋ ਜਿਹੇ ਗਾਉਣ ਵਾਲੇ ਨੇ ਜਿਨ੍ਹਾਂ ਦੀ ਆਵਾਜ਼ ਸੁਣ ਕੇ ਤੁਹਾਡਾ ਸਿਰ ਵੀ ਝੂਮਦਾ ਅਤੇ ਤੁਹਾਡੇ ਪੱਬ ਵੀ ਥਰਕ ਉੱਠਦੇ ਨੇ। ਪਰ ਸੁਖਵਿੰਦਰ ਦੀ ਆਵਾਜ਼ ਇੱਕ ਐਸੀ ਆਵਾਜ਼ ਆ ਜਿਹੜੀ ਤੁਹਾਡੀ ਆਤਮਾ ਨੂੰ ਸਕੂਨ ਅਤੇ ਉਹਨਾਂ ਦਾ ਗੀਤ ਸੁਣ ਕੇ ਉਹਨਾਂ ਦੀ ਆਵਾਜ਼ ਸੁਣ ਕੇ ਤੁਹਾਡੀ ਆਤਮਾ ਨੂੰ ਵੀ ਸੁੱਖ ਮਿਲਦਾ ਹੈ। ਦੀਆਂ ਫਿਲਮਾਂ ਦੇ ਵਿੱਚ ਪੰਜਾਬੀ ਦੀ ਬੋਲੀ, ਪੰਜਾਬੀ ਦੇ ਗੀਤਾਂ ਦੀਆਂ ਲਾਇਆਂ, ਪੰਜਾਬੀ ਦੇ ਗੀਤਾਂ ਦੀਆਂ ਧੁਨਾਂ ਨੂੰ ਉੱਥੇ ਪਾਪੂਲਰ ਕਰਨ ਦੇ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਅਤੇ ਸੁਖਵਿੰਦਰ ਦੇ ਗੀਤ ਸੁਣ ਕੇ ਲੋਕ ਜਿੱਥੇ ਜਿੱਥੇ ਵੀ ਸੀ, ਭਾਵੇਂ ਉਹ ਪੰਜਾਬੀ ਸਮਝਦੇ ਸਨ ਭਾਵੇਂ ਉਹ ਹਿੰਦੀ ਸਮਝਦੇ ਸਨ, ਉਹ ਝੂਮ ਉੱਠੇ। ਅਤੇ ਅੱਜ ਵੀ ਜੇ ਅਸੀਂ ਵੇਖਦੇ ਹਾਂ ਤਮਾਮ ਗਾਉਣ ਵਾਲਿਆਂ ਵਿੱਚ ਸਭ ਤੋਂ ਸੁਰੀਲੀ ਆਵਾਜ਼ ਸੁਖਵਿੰਦਰ ਸਿੰਘ ਦੀ ਹੈ। ਅੱਜ ਉਹ ਸਾਡੇ ਨਾਲ ਸਟੂਡੀਓ 'ਚ ਆਏ ਹੋਏ ਨੇ, ਉਹਨਾਂ ਨਾਲ ਗੱਲਬਾਤ ਹੋਏਗੀ। ਜੀ ਆਇਆਂ ਨੂੰ ਜੀ ਸਤਿ ਸ਼੍ਰੀ ਅਕਾਲ ਜੀ, ਤਿੰਨ ਸਾਹਿਬ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਬਹੁਤ ਸਾਰੇ ਲੋਕ ਜਾਣਨਾ ਚਾਹੁਣਗੇ ਕਿ ਤੁਸੀਂ ਜਦੋਂ ਪੰਜਾਬੀ ਦੇ ਗੀਤ ਦੂਰਦਰਸ਼ਨ 'ਤੇ ਗਾਇਆ ਕਰਦੇ ਸੀ, ਗੰਦਲ ਵਰਗੀ ਕੁੜੀ ਅਤੇ ਹੋਰ ਬਹੁਤ ਸਾਰੇ ਬਾਬੂ ਸਿੰਘ ਮਾਨਹੋਲਾ ਦੇ ਗੀਤ ਗਾਏ, ਤੁਸੀਂ ਲੋਕਾਂ ਦੇ ਮਨਾਂ ਦੇ ਵਿੱਚ ਉਤਰਨ ਲੱਗੇ, ਉਦੋਂ ਕਿਹੋ ਜਿਹੀ ਸਟਰਗਲ ਸੀ, ਕਿਹੋ ਜਿਹਾ ਜ਼ਮਾਨਾ ਸੀ? ਦੋ ਤਰ੍ਹਾਂ ਦੀ ਹੁੰਦੀ ਹੈ ਸਟਰਗਲ, ਜਿਹਨੂੰ ਮੈਂ ਪਰਸਨਲੀ ਆਪਣੇ ਐਕਸਪੀਰੀਅੰਸ ਨਾਲ ਮਹਿਸੂਸ ਕਰਦਾ ਕਿ ਇੱਕ ਕੌਨਫੀਡੈਂਸ ਹੁੰਦਾ, ਔਰ ਕੌਨਫੀਡੈਂਸ ਜਿਹੜਾ ਉਹ ਹਾਈਪਰ ਲੈਵਲ 'ਤੇ ਨਹੀਂ ਹੋਣਾ ਚਾਹੀਦਾ, ਉਹ ਬਹੁਤ ਕੰਫਰਟੇਬਲ ਲੈਵਲ 'ਤੇ ਹੋਣਾ ਚਾਹੀਦਾ। ਉਹ ਬਹੁਤ ਜਿੱਦਾਂ ਨਿਊ ਕੇ ਹੁੰਦਾ ਨਾ, ਕਿ ਜਿਵੇਂ ਤੁਸੀਂ ਕਿਸੇ ਵੀ ਆਪਣੇ ਈਸਟ ਨੂੰ ਜਿਹਨੂੰ ਵੀ ਮੰਨਦੇ ਜੇ ਤੁਸੀਂ, ਜਦੋਂ ਉਹਦੀ ਆਰਾਧਨਾ ਕਰਦੇ ਜੇ, ਪੂਜਾ ਕਰਦੇ ਜੇ, ਹੈਂ ਪਾਠ ਕਰਦੇ ਜੇ, ਅਤੇ ਉਹਦੇ ਵਾਸਤੇ ਨਾ ਤੁਹਾਡੇ ਅੰਦਰ ਨਾ ਇਹ ਭਾਵਨਾ ਕਦੇ ਨਹੀਂ ਹੋਣੀ ਚਾਹੀਦੀ ਕਿ ਮੈਂ ਹੁਣ ਪਾਠ ਕੀਤਾ ਅਤੇ ਹੁਣ ਮੈਨੂੰ ਕੁਛ ਉਹਦੇ ਬਦਲੇ ਮਿਲਣਾ ਹੀ ਚਾਹੀਦਾ ਕਿਉਂਕਿ ਮੈਂ ਪਾਠ ਕੀਤਾ ਵਾ, ਹੈ ਨਾ। ਉਹ ਲਾਲਚ ਵੱਲ ਨੂੰ ਤੁਰ ਪੈਂਦਾ ਉਹ ਕੌਨਫੀਡੈਂਸ। ਇਹ ਕੌਨਫੀਡੈਂਸ ਹੁੰਦਾ ਬਹੁਤ ਕੰਫਰਟੇਬਲ ਲੈਵਲ 'ਤੇ ਕਿ ਮੈਂ ਸਿਰਫ ਆਤਮਿਕ ਸ਼ਾਂਤੀ ਵਾਸਤੇ, ਆਪਣੇ ਮਨ ਦੀ ਸ਼ਾਂਤੀ ਵਾਸਤੇ ਪਾਠ ਕੀਤਾ, ਕੀਰਤਨ ਕੀਤਾ, ਪੂਜਾ ਪਾਠ, ਹੈ ਨਾ। ਅਤੇ ਇੱਦਾਂ ਦਾ ਕੰਫਰਟੇਬਲ ਲੈਵਲ ਹਮੇਸ਼ਾ ਮੈਂ ਕੈਰੀ ਕਰਦਾ ਰਿਹਾ, ਔਰ ਜਿਹਨੂੰ ਕਿ ਨਾ ਕਿ ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਆਪ ਪਲਾਨ ਕਰਕੇ ਨਹੀਂ ਕੈਰੀ ਕਰਦਾ ਰਿਹਾ, ਉਹ ਬਹੁਤ ਨੈਚੁਰਲ ਵੇ ਨਾਲ, ਨੈਚੁਰਲ ਵੇ ਨਾਲ ਸਸਟੇਨ ਹੁੰਦਾ ਰਿਹਾ ਮੇਰੇ ਨਾਲ। ਅਤੇ ਇਸ ਕਰਕੇ ਜਦੋਂ ਉਦੋਂ ਮੈਂ ਗਾਉਂਦਾ ਸਾਂ, ਅਤੇ ਜੇ ਬੇਸ਼ੱਕ ਮੇਰਾ ਜੇਕਰ ਟਾਰਗੇਟ ਕਦੀ ਨਾ ਕਦੀ ਜਾਗਦਾ ਸੀ ਕਿ ਫਿਲਮਾਂ ਨੂੰ ਗਾਉਣ ਵਾਸਤੇ, ਪਰ ਉਹਦੇ ਵਾਸਤੇ ਮੈਂ ਦੌੜਦਾ ਨਹੀਂ ਸਾਂ। ਮੈਨੂੰ ਉਹ ਕੌਨਫੀਡੈਂਸ ਜਿਹੜਾ ਸੀ ਇੰਨੇ ਕੰਫਰਟੇਬਲ ਲੈਵਲ 'ਤੇ ਸੀ ਕਿ ਨੋ ਪ੍ਰੋਬਲਮ, ਹੁਣ ਇਹ ਹੋਇਆ ਅਤੇ ਕੱਲ੍ਹ ਹੋਰ ਵੀ ਹੋ ਜਾਏਗਾ, ਜਿਹੜਾ ਅੱਜ ਹੋਇਆ ਉਹ ਕੱਲ੍ਹ ਹੈ ਨਹੀਂ ਸੀ, ਹੈ ਨਾ। ਹਾਲੇ ਵੀ ਇਹੀ ਅਪਰੋਚ ਹੈ, ਹਾਲੇ ਵੀ ਇਹੋ ਹੀ ਅਪਰੋਚ ਆ ਕਿ ਲਾਈਕ ਜਿਵੇਂ ਕਿ ਥੋੜ੍ਹੀ ਦੇਰ ਪਹਿਲਾਂ ਮੈਂ ਤੁਹਾਡੇ ਨਾਲ ਕੁਛ ਇੱਦਾਂ ਸਰਸਰੀ ਤੌਰ 'ਤੇ ਗੱਲਬਾਤ ਕਰ ਰਿਹਾ ਸਾਂ, ਅਤੇ ਤੁਸੀਂ ਜ਼ਿਕਰ ਕਰ ਰਹੇ ਸੀ ਇਨਸਾਈਡ ਮੈਨ ਫਿਲਮ ਜਿਹੜਾ, ਅਤੇ ਦੈਟ ਇਜ਼ ਯੂਨੀਵਰਸਲ ਦੀ ਮੂਵੀ, ਹਾਲੀਵੁੱਡ ਦੀ, ਡੈਨਜ਼ਲ ਵਾਸ਼ਿੰਗਟਨ ਦੇ ਤੇ, ਉਸ ਦੇ ਤੇ ਬਹੁਤ ਮਹੱਤਵਪੂਰਨ ਸੀ, ਉਹ ਸਕਾਰ ਵਿਨਰ, ਓਸਕਾਰ ਵਿਨਰ ਹੈ। ਯੈਸ ਕਰੈਕਟ, ਸੋ ਉਸ ਦੇ ਵਿੱਚ ਛਈਆਂ ਛਈਆਂ ਪਲੇ ਕੀਤੀ। ਯੈਸ ਕਰੈਕਟ, ਤੇ ਉਦੋਂ ਤੱਕ ਜਦੋਂ ਮੈਂ ਪਹਿਲੀ ਵਾਰੀ ਦੂਰਦਰਸ਼ਨ 'ਤੇ ਸਭ ਤੋਂ ਪਹਿਲਾਂ ਅਪੀਅਰੈਂਸ ਕੀਤੀ ਸੀ, ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ 'ਤੇ ਮੈਂ ਸ਼ਬਦ ਕੀਰਤਨ ਕੀਤਾ ਸੀ, ਹਾਂਜੀ। ਅਤੇ ਉਹ ਮੇਰੇ ਖਿਆਲ ਨਾਲ ਉਹ ਜਿਹੜੀ ਫਸਟ ਅਪੀਅਰੈਂਸ ਸੀ ਨਾ, ਉਹ ਮਤਲਬ ਉਹਦੀ ਖੁਸ਼ੀ ਮੈਂ ਪਤਾ ਨਹੀਂ ਕਿਹੜੇ ਲਫਜ਼ਾਂ 'ਚ ਬਿਆਨ ਕਰਾਂ, ਆਈ ਥਿੰਕ ਸੋ ਮੇਰੇ ਐਕਸਪ੍ਰੈਸ਼ਨ ਤੋਂ ਪੜ੍ਹ ਲੈਣਾ ਚਾਹੀਦਾ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ। ਪਰ ਬਾਬੂ ਸਿੰਘ ਮਾਨਹੋਲਾ ਦੇ ਗੀਤਾਂ ਨੇ ਤੁਹਾਡੀ ਸਥਾਪਤੀ ਦੇ ਵਿੱਚ ਵਿਸ਼ੇਸ਼ ਰੋਲ ਨਿਭਾਇਆ। ਹਾਂਜੀ, ਇਹ ਚੀਜ਼ ਮੈਂ ਕਹਿਣਾ ਚਾਹਾਂਗਾ ਕਿ
ਮੇਰਾ ਜਿਹੜਾ ਬਚਪਨ ਜਿਹੜਾ ਉਹ ਜ਼ਿਆਦਾ ਸ਼ਾਸਤਰੀ ਸੰਗੀਤ ਕਲਾਸੀਕਲ ਵੱਲ ਰਿਹਾ, ਜਿਹੜਾ ਅੱਜ ਵੀ ਆ। ਅਤੇ ਇਸ ਕਰਕੇ ਮੇਰੀ ਜਿਹੜੀ ਜਿਹੜੀ ਕੋਸ਼ਿਸ਼ ਇਹੋ ਹੀ ਰਹੀ ਸੀ ਬਚਪਨ ਤੋਂ, ਕਿਉਂਕਿ ਮੇਰੇ ਵਾਸਤੇ ਸੰਗੀਤ ਸੰਗੀਤ ਹੀ ਸੀ। ਚਾਹੇ ਉਹ ਉਹਦੀ ਕੈਟਾਗਰੀ ਅਲੱਗ ਅਲੱਗ ਹੋਣ, ਲਾਈਟ ਮਿਊਜ਼ਿਕ ਹੋਵੇ, ਗਜ਼ਲ ਹੋਵੇ, ਕਲਾਸੀਕਲ ਹੋਵੇ, ਕਿਸੇ ਤਰ੍ਹਾਂ ਦਾ ਵੀ ਸੰਗੀਤ ਹੋਵੇ, ਅਤੇ ਬਟ ਉਦੋਂ ਇੱਕ ਪਰਟੀਕੁਲਰ ਕਲਾਸੀਕਲ ਵੱਲ ਨੂੰ ਜ਼ਿਆਦਾ ਸੀ। ਅਤੇ ਮਾਨ ਸਾਹਿਬ ਦੇ ਨਾਲ ਜਦੋਂ ਮੈਂ ਐਸੋਸੀਏਟ ਹੋਇਆ ਵਾਂ, ਤਾਂ ਮੈਨੂੰ ਇੱਕ ਚੀਜ਼ ਦਾ ਫਾਇਦਾ ਜ਼ਰੂਰ ਹੋਇਆ ਕਿ ਜਿਹੜਾ ਮੇਰੇ ਅੰਦਰ ਫੋਕ ਜਿਹੜਾ ਦੱਬਿਆ ਪਿਆ ਸੀ, ਜਿਹੜਾ ਜਿਹੜਾ ਉਹ ਕੁਛ ਕਹਿਣ ਨੂੰ ਫਿਰਦਾ ਸੀ, ਉਹਦੇ ਵਾਸਤੇ ਉਹਨਾਂ ਨੇ ਬਹੁਤ ਹੈਲਪ ਕੀਤੀ ਮੇਰੀ। ਔਰ ਮਤਲਬ ਇਹ ਸੋਚ ਕੇ ਵੀ ਨਹੀਂ ਹੈਲਪ ਕੀਤੀ ਉਹਨਾਂ ਨੇ ਕਿ ਮੈਂ ਇਹਦੀ ਮਦਦ ਕਰ ਰਿਹਾ। ਇਹ ਵੀ ਇੱਕ ਬਹੁਤ ਨੈਚੁਰਲ ਪ੍ਰੋਸੈਸ ਹੈ, ਆਟੋਮੈਟਿਕਲੀ ਹੁੰਦੀ ਰਹੀ। ਅਤੇ ਉਹ ਉਸ ਚੀਜ਼ ਨੂੰ, ਉਹ ਜਿਹੜੀ ਚੀਜ਼ ਦੱਬੀ ਸੀ, ਜਿਹੜੀ ਉਹਦੀ ਜਿਹੜੀ ਫਰੈਗਰੈਂਸ ਖੁਸ਼ਬੂ ਜਿਹੜੀ ਸੀ, ਉਹ ਫਿਰ ਹੌਲੀ ਹੌਲੀ ਜਿੱਦਾਂ ਮੈਨੂੰ ਮਹਿਸੂਸ ਹੋਣ ਲੱਗ ਪਈ, ਫਿਰ ਉਹ ਮੇਰੇ ਹੌਲੀ ਹੌਲੀ ਗਾਣਿਆਂ 'ਚ ਗਲੇ 'ਚ ਉਤਰੀ। ਪੰਜਾਬ ਤੋਂ ਬੰਬੇ ਜਾਣ ਦਾ ਸਬੱਬ ਕਿਵੇਂ ਹੋਇਆ? ਪੰਜਾਬ ਤੋਂ ਬੰਬੇ ਜਾਣ ਦਾ ਸਬੱਬ ਇੱਦਾਂ ਸੀ ਕਿ ਮੇਰੇ ਜ਼ਿਹਨ 'ਚ ਇਹ ਸੀ ਕਿ ਕੁਛ ਇਸ ਤਰੀਕੇ ਦੀ ਕੁਛ ਮੈਂ ਆਪਣੀ ਰਿਕਾਰਡਿੰਗ ਕਰਕੇ, ਉਹ ਪ੍ਰੋਮੀਨੈਂਟ ਪਰਸਨੈਲਿਟੀਜ਼ ਜਿਹੜੀਆਂ ਨੇ ਉਹਨਾਂ ਨੂੰ ਮੈਂ ਆਪਣੀਆਂ ਕੈਸੈਟਸ ਦਿਆਂ, ਹੈ ਨਾ, ਜਿਹੜੇ ਲੋਕ ਪੰਜਾਬ ਤੋਂ ਉੱਥੇ ਪੰਜਾਬ ਅਤੇ ਬੰਬੇ ਦੇ ਨਾਲ ਕਾਫੀ ਕਨੈਕਟਡ ਨੇ, ਅਤੇ ਉਹਨਾਂ ਨੂੰ ਮੈਂ ਆਪਣਾ ਕੈਸੈਟਸ ਦਿਆਂ, ਅਤੇ ਉਹ ਜਾ ਕੇ ਜਾਂ ਤਾਂ ਖੁਦ ਆਪ ਸੁਣ ਕੇ ਸਾਹਮਣੇ ਐਕਸਪਲੇਨ ਕਰ ਪਾਉਣ, ਜਾਂ ਉੱਥੇ ਕਿਸੇ ਨੂੰ ਸੁਣਾ ਕੇ ਐਕਸਪਲੇਨ ਕਰ ਪਾਉਣ। ਅਤੇ ਉਹ ਲੇਕਿਨ ਮੇਰਾ ਇਹ ਤਜਰਬਾ ਕੁਛ 1.5 ਜਾਂ 2 ਸਾਲ ਚੱਲਦਾ ਰਿਹਾ ਉੱਥੇ ਬੈਠੇ ਬੈਠੇ, ਅਤੇ ਉਹ ਕਾਮਯਾਬ ਨਹੀਂ ਹੋ ਸਕਿਆ। ਅਤੇ ਫਿਰ ਮੈਂ ਦੇਖਿਆ ਕਿ ਕੋਈ ਗੱਲ ਨਹੀਂ, ਆਪਣੇ ਕੋਲ 460 ਰੁਪਏ ਤਾਂ ਹੈ ਹੀ ਆ। ਸੋ ਆਈ ਜਸਟ ਟੁੱਕ ਅ ਟ੍ਰੇਨ ਐਂਡ ਯੈਸ, ਆਪਣੇ ਆਪ ਹੀ, ਹਾਂ ਹਾਂ ਆਪਣੇ ਆਪ ਹੀ, ਕਿਉਂਕਿ ਪਤਾ ਕਿ ਪੱਥਰ ਕੇ ਜਿਗਰ ਵਾਲੋ ਗਮ ਮੇ ਵੋ ਰਵਾਨੀ ਹੈ, ਖੁਦ ਰਾਹ ਬਣਾ ਲੇਗਾ ਬਹਿਤਾ ਹੁਆ ਪਾਣੀ। ਹਾਂਜੀ, ਏ ਆਰ ਰਹਿਮਾਨ ਨਾਲ ਕਿਵੇਂ ਮੁਲਾਕਾਤ ਹੋਈ? ਉਹ ਏ ਆਰ ਰਹਿਮਾਨ ਦੇ ਕੋਲ ਜਿਹੜੇ ਵੀ ਜੀਨੀਅਸ ਮਿਊਜ਼ੀਸ਼ੀਅਨਸ ਨੇ, ਵੈਰੀ ਗੁੱਡ ਮਿਊਜ਼ੀਸ਼ੀਅਨਸ, ਉਹਨਾਂ 'ਚੋਂ ਇੱਕ ਨੇ ਵਾਇਲਨਿਸਟ, ਅਤੇ ਉਹਨਾਂ ਨੇ ਜ਼ਿਕਰ ਕੀਤਾ ਕਿ ਇਸ ਤਰ੍ਹਾਂ ਆਈ ਵੈਂਟ ਬੰਬੇ, ਆਈ ਹਰਡ ਵਨ ਵੋਇਸ, ਅਤੇ ਕਾਲ ਹਿਮ, ਦਿਸ ਇਜ਼ ਹਿਸ ਸਟਾਈਲ, ਕਿਉਂਕਿ ਉਹਨੂੰ ਆਪਣੇ ਉਹਨਾਂ ਸਾ ਜਿੰਦਿਆਂ 'ਤੇ ਬਹੁਤ ਕੋਨਫੀਡੈਂਸ ਸੀ, ਕਿਉਂਕਿ ਜੇਕਰ ਕਿਸੇ ਦਾ ਜ਼ਿਕਰ ਕੀਤਾ ਤਾਂ ਕੋਈ, ਹਾਂਜੀ। ਅਤੇ ਬਾਏ ਦਾ ਟਾਈਮ ਆਈ ਵੈਂਟ ਦੇਅਰ, ਅਤੇ ਗੋਬਿੰਦ ਨਹਿਲਾਨੀ ਜੀ ਵਾਸ ਦੇਅਰ, ਅਤੇ ਉਹਨਾਂ ਤਕਸ਼ਕ ਫਿਲਮ ਵਾਸਤੇ ਉਹਨਾਂ ਨੂੰ ਬਿਗਨਿੰਗ 'ਚ ਕੁਛ ਲਿਰਿਕਸ ਚਾਹੀਦੇ ਸੀ ਪੰਜਾਬੀ 'ਚ, ਸੂਫੀਆਨਾ ਸਟਾਈਲ 'ਤੇ, ਅਤੇ ਲਿਖਣ ਦਾ ਸਵਾਦ ਜਿਹੜਾ ਮੇਰਾ ਥੋੜ੍ਹਾ ਜਿਹਾ ਬਣ ਚੁੱਕਿਆ ਸੀ ਉਦੋਂ, ਲੇਕਿਨ ਮੈਂ ਆਈ ਵੈਂਟ ਫੋਰ ਦੇਅਰ ਟੂ ਸਿੰਗ ਓਨਲੀ। ਅਤੇ ਰਹਿਮਾਨ ਨੇ ਕਿਹਾ ਕਿ ਗੋਬਿੰਦ ਨਹਿਲਾਨੀ ਜਸਟ ਵਾਂਟ ਟੂ ਸੇ ਸਮਥਿੰਗ, ਜਸਟ ਵਾਂਟ ਯੂ ਟੂ ਰਾਈਟ ਸਮ ਲਾਈਨਸ, ਆਈ ਸੈਡ ਰਾਈਟ, ਅਤੇ ਮੇਰੇ ਵਾਸਤੇ ਬੜਾ ਸਰਪ੍ਰਾਈਜ਼ ਸੀ ਕਿ ਮੈਂ ਇੱਥੇ, ਆਈ ਐਮ ਨੋਟ ਅ ਪੋਇਟ, ਆਈ ਲਵ ਪੋਇਟਰੀ, ਬਟ ਐਂਡ ਆਈ ਕੈਨ ਰਾਈਟ ਸਮ ਟਾਈਮ। ਅਤੇ ਫਿਰ ਉਹ ਗੋਬਿੰਦ ਜੀ ਨੇ ਸੋਚਿਆ ਕਿ ਸ਼ਾਇਦ ਰਹਿਮਾਨ ਨੇ, ਥੋੜ੍ਹਾ ਮਿਸਕਮਿਊਨੀਕੇਸ਼ਨ, ਬੜਾ ਫਨ ਵੇ ਨਾ ਹੋ ਰਿਹਾ ਸੀ, ਗੋਬਿੰਦ ਨਹਿਰਾਨੀ ਜੀ ਨੇ ਸੋਚਿਆ ਕਿ ਸ਼ਾਇਦ ਰਹਿਮਾਨ ਨੇ ਬੰਬੇ ਤੋਂ ਕੋਈ ਨਵਾਂ ਟੈਲੈਂਟ, ਕੋਈ ਨਵਾਂ ਪੋਇਟ ਮੰਗਾਉਣਾ, ਤਾਂ ਉਹਨਾਂ ਨੇ ਉੱਦਾਂ ਹੀ ਮੈਨੂੰ ਟ੍ਰੀਟ ਕੀਤਾ, ਉਹਨਾਂ ਨੇ ਪੂਰੀ ਫਿਲਮ ਦੀ ਸਟੋਰੀ ਨਰੇਟ ਕੀਤੀ, ਦੈਨ ਹੀ ਸੈਡ ਕਿ ਉਹ ਲਾਈਨਾਂ ਕੀ ਹੋਣੀਆਂ ਚਾਹੀਦੀਆਂ।
ਤੇ ਮੈਨੂੰ ਉਹਨਾਂ ਦੀ ਸਿੰਸੇਰਿਟੀ ਤੇ ਮੇਰੇ ਤੇ ਜਿਹੜਾ ਕੌਨਫੀਡੈਂਸ ਸੀ ਗੋਬਿੰਦ ਜੀ ਦਾ, ਉਹ ਬਹੁਤ ਪ੍ਰਭਾਵਿਤ ਕਰ ਗਿਆ। ਤੇ ਫਿਰ ਮੈਂ ਆਪਣੇ ਗਾਇਕੀ ਦੀ ਸ਼ੈਲੀ ਚੋਂ ਇੱਕ ਥੋੜਾ ਜਿਹਾ ਜਿਹੜਾ ਲਿਖਣ ਦਾ ਅੰਦਾਜ਼ ਵੀ ਕੱਢਿਆ ਉਦੋਂ, ਕਿ ਕਾਲੀ ਰਾਤ ਉਨਿੰਦਰਾਂ ਕੱਚੀਆਂ ਸੁਪਨੇ ਰੰਗ ਰੰਗੀਲੇ ਹੂ, ਜੀ ਕਰਦਾ ਕਦੇ ਜੀ ਨਹੀਂ ਕਰਦਾ ਜੀਵਨ ਨੂੰ ਮਰ ਜਾ ਵੰਨੂ। ਤੇ ਉਹ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ, ਤੇ ਕਹਿੰਦੇ ਅੱਛਾ ਓਕੇ ਥੈਂਕ ਯੂ। ਮੈਂ ਕਿਹਾ ਯਾਰ ਥੈਂਕ ਯੂ ਮਤਲਬ, ਤੇ ਕਿਤੇ ਹਾਂ ਸਡਨਲੀ ਹੀ ਰਿਅਲਾਈਜ਼ ਰਹਿਮਾਨ ਕਿਤੇ ਓ ਸੋਰੀ ਸੋਰੀ ਕੈਨ ਬਿਕੋਜ਼ ਆਈ ਕਾਂਟ ਅੰਡਰਸਟੈਂਡ ਵਟ ਯੂਰ ਨੇਮ। ਆਈ ਸੈਡ ਸੁਖਵਿੰਦਰ ਸਿੰਘ। ਯੈਸ ਸੁਖੀ, ਸੁਖੀ ਇਜ਼ ਰਾਈਟ। ਮੈਂ ਕਿਹਾ ਕਿਤੇ ਆਈ ਕੈਨ ਨੋਟ ਅੰਡਰਸਟੈਂਡ, ਈਦਰ ਯੂ ਐਕਸਪਲੇਨ ਮੀ। ਆਈ ਸੈਡ ਯੂ ਵਾਂਟ ਮੀ ਟੂ ਨਰੇਟ ਵਰਬਲੀ ਔਰ ਯੂ ਵਾਂਟ ਟੂ ਮੀ ਐਕਸਪਲੇਨ ਬਾਏ ਵੋਕਲ। ਹੀ ਸੈਡ ਯੈਸ ਬਾਏ ਵੋਕਲ ਵਿਲ ਬੀ ਫਾਈਨ ਐਂਡ ਰੈਸਟ ਆਫ ਦਾ ਹਿਸਟਰੀ। ਬਾਕੀ ਸਾਰਾ ਕੁਛ ਤੁਹਾਡੇ ਸਾਹਮਣੇ। ਉਹ ਰਾਤ ਸੀ ਕਿ ਜਦੋਂ ਪਹਿਲਾਂ ਉਹ ਉਸ ਵਾਹਿਗੁਰੂ ਨੇ ਜਿਹੜੀ ਛਤਰ ਛਾਇਆ ਰੱਖੀ ਆ, ਉਹ ਜਿਹੜਾ ਬਲੈਸਿੰਗ ਸੀ, ਉਹ ਜਿਹੜੀ ਉੱਠ ਕੇ ਜੱਫੀ ਪਾਈ ਆ ਬਲੈਸਿੰਗ ਨੇ, ਔਰ ਮੇਰੀ ਜਿਹੜੀ ਅੰਦਰ ਦੀ ਜਿਹੜੀ ਉਹ ਤੜਪ ਦੀ ਜਿਹੜੀ ਤੜਪ ਸੀ ਜਿਹੜੀ, ਉਹ ਫਿਰ ਖੁਸ਼ਬੂ ਬਣ ਕੇ ਜਦੋਂ ਫੈਲੀ ਆ, ਤੇ ਮੈਂ ਗਾ ਵੀ ਨਹੀਂ ਰਿਹਾ, ਮੈਂ ਬਲਕਿ ਸੁਣ ਵੀ ਰਿਹਾ ਸੀ। ਆਈ ਵਾਜ਼ ਲਿਸਨਿੰਗ ਆਲਸੋ। ਮੇਰੇ ਕਹਿਣ 'ਚ ਕੋਈ ਝਿਜਕ ਨਹੀਂ, ਕਿਉਂਕਿ ਤੁਹਾਡੀ ਆਵਾਜ਼ ਦੇ ਵਿੱਚ ਖਰਾਸ਼ ਨਹੀਂ। ਕੁਮਾਰ ਸੋਨੂੰ ਜਾਂ ਉਦਿਤਿਆ ਨਾਰਾਇਣ ਜਾਂ ਹੋਰ ਬਹੁਤ ਸਾਰੇ ਗਾਉਣ ਵਾਲੇ ਨੇ, ਪਰ ਰਮਤਾ ਜੋਗੀ ਤੁਸੀਂ ਗਾ ਸਕਦੇ ਸੀ। ਰਮਤਾ ਜੋਗੀ ਜਦੋਂ ਤੁਸੀਂ ਗਾਇਆ ਉਹ ਸਰਕਮਸਟਾਂਸਿਸ ਮੈਨੂੰ ਦੱਸੋ। ਰਮਤਾ ਜੋਗੀ ਦਾ ਜਿਹੜੇ ਸਰਕਮਸਟਾਂਸਿਸ ਬਣੇ ਕਿ ਵੈਨ ਵੀ ਵਰ ਵਰਕਿੰਗ ਮਿਊਜ਼ਿਕ ਆਫ ਤਾਲ, ਅਤੇ ਕੁਛ ਕਿਸੇ ਕਿਸੇ ਹਰ ਸ਼ਖਸ ਦਾ ਆਪਣਾ ਆਪਣਾ ਇੱਕ ਸੁਭਾਅ ਹੁੰਦਾ, ਅਤੇ ਸੁਭਾਸ਼ ਜੀ ਹਮੇਸ਼ਾ ਰਹਿਮਾਨ ਨੂੰ ਤਾਂ ਵੀ ਦੱਸਿਆ ਕਰਦੇ ਸਨ, ਅਤੇ ਕਹਿੰਦੇ ਕਹਿੰਦੇ ਇਹ ਮੁੰਡਾ ਮੈਂ ਲੈ ਆਇਆ ਬੰਬੇ ਤੋਂ, ਇਹ ਰਮਤਾ ਜੋਗੀ ਆ, ਰਮਤਾ ਹੈ। ਕਿਉਂਕਿ ਤੁਹਾਡਾ ਸੁਭਾਅ ਵੀ ਉਸ ਗੀਤ ਨਾਲ ਉਹਦੇ ਨਾਲ ਮਿਲਦਾ ਜਾਈਦਾ। ਸੁਭਾਸ਼ ਗਈ ਜੀ, ਉਹਨਾਂ ਨੂੰ ਇਸ ਗੱਲ ਦੀ ਫੀਲਿੰਗ ਆਉਂਦੀ ਸੀ ਕਿ ਜਦੋਂ ਮਰਜ਼ੀ ਕਿਤੇ ਗਾਇਬ ਹੋ ਜਾਂਦਾ ਅਚਾਨਕ ਹੀ ਆ ਜਾਂਦਾ, ਓ ਯੈਸ ਆਈ ਐਮ ਰੈਡੀ ਲੈਟ ਕਮ ਆਨ, ਇਸ ਆਲਵੇਜ਼ ਐਨਰਜੈਟਿਕ ਬਟ ਇਨਵਿਜ਼ੀਬਲ ਵੀ ਆਲਵੇਜ਼। ਪਤਾ ਨਹੀਂ ਲੱਗਦਾ ਕਿ ਇਫ ਵੀ ਟੈਲ ਹਿਮ ਕਿ ਮਤਲਬ ਯਾਰ ਸ਼ਾਮ ਨੂੰ 6 ਵਜੇ ਕਰਨਾ, ਹਾਂਜੀ ਡੈਫੀਨੇਟਲੀ, ਔਰ ਅਚਾਨਕ ਰਾਤ ਨੂੰ 11 ਵਜੇ ਆਏਗਾ। ਜੇਕਰ ਅਸੀਂ ਰਾਤ ਨੂੰ 11 ਵਜੇ ਕਿਹਾ ਤਾਂ ਅਚਾਨਕ 5 ਵਜੇ ਆਏਗਾ, ਔਰ ਜਦੋਂ ਵੀ ਆਏਗਾ ਵਿਦ ਆਈਡੀਆਜ਼, ਵਿਦ ਹੈ ਨਾ ਬਿੰਦਾਸ, ਵਿਦ ਸਮ ਆਵਾਰਗੀ, ਅਤੇ ਕੁਛ ਆਈਡੀਏ ਵੀ, ਕੁਛ ਕ੍ਰੀਏਟੀਵਿਟੀ ਵੀ, ਕੋਈ ਨੈਗੇਟਿਵਿਟੀ ਵੀ ਨਹੀਂ, ਫਿਰ ਸਾਡੀ ਜਿਹੜੀ ਨਾਰਾਜ਼ਗੀ ਵੀ ਆ ਉਹ ਇੱਕਦਮ ਕੁਛ ਪਲਾਂ 'ਚ ਦੂਰ ਹੋ ਜਾਂਦੀ ਹੈ। ਤੋ ਮੈਨੂੰ ਰਮਤਾ ਰਮਤਾ ਕਹਿੰਦੇ ਹੁੰਦੇ ਸਨ, ਅਤੇ ਆਈ ਨਿਊ ਵਟ ਰਮਤਾ ਇਸ, ਅਤੇ ਮੈਂ ਕਿਹਾ ਸੁਭਾਸ਼ ਜੀ ਤੁਹਾਨੂੰ ਪਤਾ ਰਮਤਾ ਕੀ ਹੈ? ਕਹਿੰਦੇ, ਮੈਂ ਕਿਹਾ ਤੁਸੀਂ ਜਮਾਲੋ ਬਾਰੇ ਸੁਣਿਆ? ਕਹਿੰਦੇ ਜਮਾਲੋ ਕੌਣ? ਮੈਂ ਕਿਹਾ ਗਾਣਾ ਸੁਣਿਆ ਤੁਤਕ ਤੁਤਕ ਤੂਤੀਆਂ ਹੇ ਜਮਾਲੋ। ਮੈਂ ਕਿਹਾ ਸ਼ੀ ਵਾਜ਼ ਅ ਜਮਾਲੋ, ਸ਼ੀ ਵਾਜ਼ ਆਲਸੋ ਅਸ ਇਨ ਅ ਸੂਫੀ ਲਵ, ਅਤੇ ਮੈਂ ਕਿਹਾ ਰਮਤਾ ਇਜ਼ ਆਲਸੋ ਦਾ ਸੇਮ। ਅੱਛਾ, ਅਤੇ ਕਹਿੰਦੇ ਤੁਸੀਂ ਮੈਨੂੰ ਇਸ ਕਰਕੇ ਕਹਿੰਦੇ ਵੈਸੇ ਲਗਭਗ ਤਾਂ ਇੱਦਾਂ ਹੀ ਆ, ਵੈਸੇ ਮੈਂ ਇਹੋ ਸੋਚ ਕੇ ਕਿਹਾ ਜੀ। ਮੈਂ ਕਿਹਾ ਚਲੋ ਲੈਟਸ ਮੇਕ ਸੌਂਗ ਔਨ ਰਮਤਾ ਜੋਗੀ ਨਾ, ਚਲੋ ਇਸ ਦੇ ਸਿਚੁਏਸ਼ਨ ਕੈਨ ਯੂ ਕ੍ਰੀਏਟ ਕੀਤੇ? ਯੈਸ ਸਟਾਰਟ ਇਟ। ਮੈਂ ਰਹਿਮਾਨ ਨੂੰ ਕਿਹਾ ਕਿ ਚਲੋ, ਦੈਨ ਵੀ ਸਟਾਰਟਡ ਪਲੇਇੰਗ ਔਨ ਟੇਬਲ, ਅਤੇ ਜਿੰਝ ਕਚਕ ਜਿੰਝ ਕਚਕ ਝਿਕ ਜਿੰਝ, ਮੈਂ ਰਮਤਾ ਜੋਗੀ, ਮੈਂ ਰਮਤਾ ਜੋਗੀ ਜੋਗੀ ਜੋਗੀ। ਦੈਨ ਰਹਿਮਾਨ ਨੇ ਇੱਕ ਨਾਈਸਲੀ ਕੁਛ ਪਲੇਅ ਕਰਨਾ ਸ਼ੁਰੂ ਕੀਤਾ, ਐਂਡ ਆਈ ਵਾਜ ਸਿੰਗਿੰਗ ਅਬਾਊਟ 50 ਮਿੰਟਸ ਟੂ 1 ਆਵਰ ਓਨਲੀ ਰਮਤਾ ਜੋਗੀ।
ਵਿਦ ਦ ਵੈਰੀਏਸ਼ਨ ਵਿਦ ਲਾਈਕ ਆਈ ਵਾਜ਼ ਸਮਵੇਅਰ ਤਰਨਮ ਚ ਜ਼ਰੂਰ ਸਾਡੇ ਸੁਣ ਤੇ ਵੇਖਣ ਵਾਲੇ ਬਹੁਤ ਲੋਕਾਂ ਦਾ ਹਰਮਨ ਪਿਆਰਾ ਗੀਤ ਆ ਲੋਕਾਂ ਨੇ ਸੰਭਾਲ ਕੇ ਰੱਖਿਆ ਹੋਇਆ ਗੀਤ ਸੁਣਦੇ ਰਹਿੰਦੇ ਸਾਰੀ ਮਧੁਸ਼ਾਲਾ ਪੀ ਆਇਆ ਇੱਕ ਪਲ ਮੈਂ ਸਦਿਆ ਜੀ ਆਇਆ ਮੈਂ ਪੀ ਆਇਆ ਮੈਂ ਪੀ ਆਇਆ ਮੈਂ ਪ੍ਰੇਮ ਪਿਆਲਾ ਪੀ ਆਇਆ ਮੈਂ ਪੀ ਆਇਆ ਓਏ ਰੱਤਾ ਜੋਗੀ ਓਏ ਰੱਤਾ ਜੋਗੀ ਓਏ ਓਏ